देते होंगे, तड़के लगे लगे पीडीसी वाले, बादल बादल बादल, बड़ा बादल, छोटा बादल, बीबी बादल, और कुछ नहीं। बड़ा आपका पेंशन नहीं मिलती, तार पार हो जाता है, इसमें मिले नहीं, मेरे ध्यान में कैसे चलोगे, नहीं उतना बुढ़ा गया, ठीक है, सात साल में उन्होंने गाँव में आराम लिया हो, सो फिर हम मजाक कर दे अपने नाम, पूरे बैंक चलाती एक, पहले चार साहब जाते, फिल्म देखोगे, लोग खड़े हुए थे, फिर फिल्म बिच रोक लेंगे, बाहर साहब आए थे बिच, ਜਿਹੜਾ ਸਾਢੇ ਨੌ ਸਾਲ ਬਾਅਦ ਵੀ ਫਿਲਮਾਂ ਵਿੱਚ ਦਿਖਾਉਣਾ ਪੈਂਦਾ ਹੈ, ਇਹ ਧਰਤੀ ਤੇ ਨਜ਼ਰ ਕਿਉਂ ਨਹੀਂ ਆਉਣ ਲੱਗਿਆ, ਇਹ ਦਿਸਣ ਕਿਉਂ ਨਹੀਂ ਲੱਗਿਆ, ਜੇ ਸਕੂਲ ਜੇ ਸੜਕਾਂ ਬਣੀ ਹੁੰਦੀ ਦਿਸਣ ਲੱਗਦੀ। ਪਹਿਲਾਂ ਤਾਂ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਨਾਲ ਸਾਡਾ ਕੋਈ ਮੁਕਾਬਲਾ ਹੀ ਨਹੀਂ, ਇਹ ਤਾਂ ਹੈ ਹੀ ਨਹੀਂ, ਹੁਣ ਦੂਜੇ ਤੇ ਤਾਂ ਆ ਗਏ ਨਾ ਇਹਨਾਂ ਦੇ ਸਰਵੇ 'ਚ, ਕਰਾ ਲੈਣ ਦੇ ਸਰਵੇ ਕੋਈ ਗੱਲ ਨਹੀਂ, ਦਿਲ ਬਹਿਲਾਣੇ ਕੇ ਲਈ ਗਾਲਬ ਖਿਆਲ ਅੱਛਾ ਹੈ। ਪਹਿਲਾਂ ਆਮ ਆਦਮੀ ਪਾਰਟੀ ਹਰਿਮੰਦਰ ਸਾਹਿਬ 'ਤੇ ਝਾੜੂ ਲਗਾਉਣ ਦੇ ਮੁੱਦੇ 'ਤੇ ਘਿਰੀ ਸੀ, ਹੁਣ ਗੁਰਪ੍ਰੀਤ ਘੁੱਗੀ ਹੈ ਜਿਹੜਾ ਜਿਹਨੇ ਪੰਜ ਪਿਆਰਿਆਂ ਨਾਲ ਦਿੱਲੀ ਜਾ ਕੇ ਵਰਕਰਾਂ ਨੂੰ ਮਿਲਾਤਾ, ਹੁਣ ਉਹਨਾਂ ਵੱਲੋਂ ਮੰਗ ਹੈ ਕਿ ਲੀਗਲ ਕਾਰਵਾਈ ਕੀਤੀ ਜਾਵੇ ਆਮ ਆਦਮੀ ਪਾਰਟੀ, ਤੁਸੀਂ ਕੀ ਸਮਝਦੇ? ਦੇਖੋ ਕਈ ਵਾਰੀ ਕਿਸੇ ਵੀ ਗੱਲ 'ਚੋਂ ਜੇ ਕੋਈ ਗੱਲ ਕੱਢਣੀ ਹੈ ਤਾਂ ਕੋਈ ਵੀ ਗੱਲ ਤੁਸੀਂ ਕੱਢ ਸਕਦੇ ਹੋ, ਪਰ ਫਿਰ ਇਸ ਮਾਮਲੇ 'ਚ ਗੁਰਪ੍ਰੀਤ ਹੋਰੀ ਜ਼ਿਆਦਾ ਜਵਾਬ ਦੇ ਸਕਦੇ ਨੇ, ਸੋ ਮੈਂ ਇਸ ਮਾਮਲੇ 'ਚ ਕਮੈਂਟ ਨਹੀਂ ਕਰੂੰਗਾ। ਵਾਧਾ ਪੁਰਾਣਾ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਹੋਈ, ਕੈਪਟਨ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਵੱਧ ਘੱਟ ਕਰਕੇ ਦੇਖਾਂ, ਕੀ ਤੁਸੀਂ ਸਮਝਦੇ ਵੀ ਕਾਂਗਰਸ ਪਾਰਟੀ 'ਚ ਘੱਟ ਕਰ ਸਕਦੇ? ਯਾਰ ਕੈਪਟਨ ਸਾਹਿਬ ਬਾਰੇ ਕੀ ਕਹੀਏ, ਉਹ ਤਾਂ ਕੁਛ ਵੀ ਕਹਿ ਦਿੰਦੇ ਅੱਜ ਕੱਲ੍ਹ, ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ, ਕਦੇ ਕਹਿੰਦੇ ਨੇ ਕੇਜਰੀਵਾਲ ਦੇ ਵਿਰੁੱਧ ਮੈਂ ਲੜੂੰਗਾ, ਕਦੇ ਕਹਿੰਦੇ ਨੇ ਕੇਜਰੀਵਾਲ ਪੰਜਾਬ 'ਚ ਆ ਹੀ ਨਹੀਂ ਸਕਦਾ, ਸੋ ਕਾਹਨੂੰ ਛੇੜਦੇ ਐਵੇਂ, ਕਾਂਗਰਸ ਦੀ ਹਾਲਤ ਤਾਂ 80-85 ਸਾਲ ਦੇ ਉਸ ਬੁੜੇ ਵਰਗੀ ਹੋ ਗਈ ਜਿਹਨੂੰ ਡਾਕਟਰਾਂ ਨੇ ਜਵਾਬ ਦਿੱਤਾ ਕਿ ਭਾਈ ਘਰ ਲੈ ਕੇ ਸੇਵਾ ਕਰ ਲਓ, ਇਹ 'ਚ ਹੁਣ ਕੱਖ ਨਹੀਂ ਹੈਗਾ। ਇੱਕ ਪਾਸੇ ਕਾਂਗਰਸ ਪਾਰਟੀ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਜਿਹੜੇ ਦੂਜੇ ਨੰਬਰ 'ਤੇ ਸਰਵੇ, ਦੂਸਰੇ ਪਾਸੇ ਕੈਪਟਨ ਸਾਹਿਬ ਕਹਿ ਰਹੇ ਨੇ ਵੀ ਸਾਡਾ ਮੁਕਾਬਲਾ ਹੀ ਸਿਰਫ ਇਕੱਲੇ ਅਕਾਲੀ ਦਲ ਦੇ ਨਾਲ, ਇੱਥੇ ਪਤਾ ਲੱਗ ਜਾਂਦਾ ਨਾ, ਇੱਥੇ ਪਤਾ ਲੱਗਦਾ ਹੱਲੇ ਪੈਣੇ ਨੂੰ ਚਾਹੁੰਦੀ ਲੱਗੀ ਹੈ।